ਤੇਜ਼ੀ ਦੇ ਨਾਲ ਸਾਰੇ ਵੀਰ ਗਰਾਊਂਡ ਕਲੀਅਰ ਕਰ ਦੇਣਗੇ ਬਹੁਤ ਚੋਟੀ ਦੇ ਜਾਣਗੇ ਇੱਕ ਬਾਹਰੋਂ ਦਾ ਬੜਾ ਵੱਡਾ ਮੁਕਾਬਲਾ ਖੇਡਿਆ ਜਾਵੇਗਾ ਜੇ ਜਲਾਲਤਾ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਪੇਜ ਤੇ ਵਰਿੰਦਰ ਚਾਗਲੀ ਵੱਲੋਂ ਬਹੁਤ ਬਹੁਤ ਸਵਾਗਤਾਂ ਜੀ ਸਨਕਾਰਾਂ ਨੂੰ ਜਨਮ ਦਿਨ ਵਾਲੀ ਤੁਸੀਂ ਦੇ ਰਹੇ ਵਾਲੀਬਾਲ ਸ਼ੂਟਿੰਗ ਕੱਚੀ ਸੁਪਰ ਟੂਰਨਾਮੈਂਟ ਆ ਗਿਆ ਕੋਈ ਰੈਫਰੀ ਕਰੀ ਪਿੰਡ ਜਲਾਲ ਦੀ ਆਲ ਜੀ ਬਹੁਤ ਹੀ ਵਧੀਆ ਜਿਹੜੇ ਮੈਚ ਹੋਣੇ ਆ ਬਈ ਕੈਮਰੇ ਸਾਹਮਣੇ ਨਜਮਗੜ੍ਹ ਦੀ ਟੀਮ ਆ ਵੀਰੇ ਨਾਲ ਪਹਿਲਵਾਨ ਖੇਡਦਾ ਬਹਾਦਰਗੜ੍ਹ ਨਜਮਗੜ੍ਹ ਦੀ ਟੀਮ ਕੈਮਰੇ ਸਾਹਮਣੇ ਨਾਲ ਪਹਿਲਵਾਨ ਖੇਡਦਾ ਜੀ ਬਹਾਦਰਗੜ੍ਹ ਬਹੁਤ ਵਧੀਆ ਮੈਚ ਆ ਪਹਿਲੇ ਰਾਊਂਡ ਦਾ ਪਹਿਲਾ ਹੀ ਮੈਚ ਆਪਣੇ ਕੋਲ ਜਿਹੜਾ ਪਲੇ ਹੋ ਚੁੱਕਿਆ ਜੀ ਥੋੜ੍ਹਾ ਜਿਹਾ ਹਨੇਰਾ ਪੈਣਾ ਜ਼ਰੂਰ ਬਈ ਕਿਉਂਕਿ ਅੱਗਿਓਂ ਸੂਰਜ ਲਾਈਟਾਂ 'ਚ ਸਹੀ ਹੋ ਜਾਣਾ ਲਾਈਵ ਅੱਧੇ ਘੰਟੇ ਨੂੰ ਅੰਕਿਤ ਪਥਰੇੜੀ ਨਹੀਂ ਆਇਆ ਵੀਰੇ ਕੈਮਰੇ ਸਾਹਮਣੇ ਨਜਮਗੜ੍ਹ ਦੀ ਟੀਮ ਨਾਲ ਪਹਿਲਵਾਨ ਆ ਬਹਾਦਰਗੜ੍ਹ ਬਈ ਬਹੁਤ ਤਕੜੇ ਸੈੱਟ ਆਪਣੇ ਕੋਲ ਸ਼ੇਰੂ ਵਰਗੇ ਜੱਸੇ ਵਰਗੇ ਪਲੇਅਰ ਸੁਪਰ ਸਟਾਰ ਆਪਣੇ ਕੋਲ ਪਹੁੰਚ ਚੁੱਕੇ ਆ ਬਈ ਬਹੁਤ ਹੀ ਜ਼ਬਰਦਸਤ ਜਿਹੜੇ ਮੈਚ ਲੱਗਣੇ ਆ ਵੀਰੇ ਸ਼ੇਰੂ ਆਇਆ ਜੀ ਬਿਲਕੁਲ ਰੈਕੋਰਡ 'ਚ ਸ਼ੇਰੂ ਢਾਬਾ ਬਈ ਨਾਲ ਹੀ ਜਿੰਨੇ ਭਰਾ ਲਾਈਵ ਹੋ ਕਮੈਂਟ ਜ਼ਰੂਰ ਕਰਿਓ ਬਾਈ ਤਾਂ ਜੋ ਪਤਾ ਲੱਗ ਜਾਵੇ ਵੀ ਲਾਈਵ ਰੁਕਦੇ ਤਾਂ ਨਹੀਂ ਕਮੈਂਟ ਨਹੀਂ ਫਿਰ ਹੱਲ ਕਰੀਏ ਅੱਜ ਕੋਈ ਇਹਦਾ ਯਾਰ ਕਮੈਂਟ ਹੀ ਬਹੁਤ ਰੁਕ ਕੇ ਆਉਂਦੇ ਆ ਬਾਈ ਯਾਰ ਕਮੈਂਟ ਕਰਿਓ ਸਾਰੇ ਭਰਾ ਜਿੰਨੇ ਲਾਈਵ ਹੋ ਵੀਰੇ ਪਤਾ ਲੱਗ ਜਾਵੇ ਤਾਂ ਜੋ ਕਮੈਂਟ ਰੁਕਦੇ ਆ ਜਾਂ ਰੈਗੂਲਰ ਚੱਲ ਰਿਹਾ ਪਹਿਲਵਾਨ ਬਹਾਦਰਗੜ੍ਹ ਨਜਮਗੜ੍ਹ ਕੈਮਰੇ ਸਾਹਮਣੇ ਹੈਲੋ ਤਾਂ ਅਸੀਂ ਮਲੇ ਨੋਟ ਕਰਨ ਬਈ ਹੈਲੋ ਤਾਂ ਅਸੀਂ ਵਾਲੇ ਨੋਟ ਕਰਨ ਵੀ ਜੇ ਕੋਈ ਹੁਣ ਸੁੱਕੀ ਕਰੂਗਾ ਉਹਨੂੰ ਸਪੈਸ਼ਲ ਨਾਮ ਦਿੱਤਾ ਜਾਊਗਾ ਮੱਦੀ ਸ਼ਰਾਬ ਨਹੀਂ ਉਹ ਬੋਤਲ ਵੀ ਹੋ ਸਕਦੀ ਹੈ ਵਧੀਆ ਵਧੀਆ ਅਮਰਤ ਨੈਲ ਵਧੀਆ ਬਾਈ ਮਨਪ੍ਰੀਤ ਰੁੜਕੀ ਅਜੇ ਤੱਕ ਤਾਂ ਆਈ ਜਾਂਦੇ ਆ ਕਮੈਂਟ ਬਾਈ ਸਹੀ ਆ ਨਹੀਂ ਰੁਕੇ ਹੋਰ ਕਰਿਓ ਸਾਰੇ ਭਰਾ ਜਿੰਨੇ ਵੀ ਲਾਈਵ ਹੋ ਇੱਕ ਇੱਕ ਕਮੈਂਟ ਕਰਿਓ ਬਾਈ ਪਤਾ ਲੱਗੇ ਵੀ ਸਾਰਿਆਂ ਦੇ ਕਮੈਂਟ ਆਉਂਦੇ ਆ ਮੈਨੂੰ ਪ੍ਰੋਬਲਮ ਚੱਲਦੀ ਆ ਤਿੰਨ ਚਾਰ ਦਿਨਾਂ ਤੋਂ ਅੱਜ ਚੈੱਕ ਕਰਦੇ ਆ ਵੀ ਹੈਗੀ ਜਾਂ ਨਹੀਂ ਸਾਰੇ ਭਰਾ ਕਮੈਂਟ ਕਰਿਓ ਬਾਈ ਥੋੜ੍ਹਾ ਦੂਜਾ ਫੋਨ ਖੋਲ੍ਹ ਕੇ ਦੇਖਦਾ ਮੈਂ ਨਾਲ ਵੀ ਸਾਰਿਆਂ ਦੇ ਆਉਂਦੇ ਆ ਕਮੈਂਟ ਵਿੱਚ ਥੋੜ੍ਹੀ ਚੱਲੀ ਆ ਪ੍ਰੋਬਲਮ ਤਿੰਨ ਚਾਰ ਟੂਰਨਾਮੈਂਟਾਂ ਦੀ ਅੱਜ ਕਰਿਆ ਤਾਂ ਹੈਗੀ ਆ ਸੈਟਿੰਗ ਜੇ ਹੋਈ ਹੋਈ ਤਾਂ ਨਹੀਂ ਫਿਰ ਹੋਰ ਕਰੀਏ ਸੈਟਿੰਗ ਕੋਈ ਇਹਦੀ ਜਾਂ ਕਰ ਬੰਦੇ ਨੂੰ ਪੁੱਛ ਕੇ ਕਿਸੇ ਨੂੰ ਨਹੀਂ ਯਾਰ ਉਹੀ ਹਾਲ ਆ ਕਮੈਂਟਾਂ ਦਾ ਤਾਂ ਰੁਕਦੇ ਆ ਕਮੈਂਟ ਆ ਮੈਚ ਤੋਂ ਬਾਅਦ ਵੀਰੇ ਇੱਕ ਹੋਰ ਹੱਲ ਹੈਗਾ ਮੇਰੇ ਕੋਲ ਉਹ ਕਰਕੇ ਦੇਖਦਾ ਮੈਂ ਕਿਉਂਕਿ ਕਮੈਂਟ ਰੋਕਣਾ ਥੋੜੀ ਜਿਹੀ ਵੱਡੀ ਲੈ ਸਨ ਜਲਾਲ ਦੀ ਵਾਂ ਦੀ ਟੀਮ ਜਿਹੜੀ ਇੰਦਰ ਗਰਾਊਂਡ ਨੰਬਰ 1 ਵਿੱਚ ਖੇਡ ਰਹੀ ਹੈ ਆ ਮੈਚ ਤੋਂ ਬਾਅਦ ਹੱਲ ਕਰਾਏ ਵੀਰੇ ਨਜਮਗੜ੍ਹ ਮੰਚ ਨਜਮਗੜ੍ਹ ਦਾ ਮੈਚ ਆ ਦੀ ਨਾਲ ਪਹਿਲਵਾਨ ਬਹਾਦਰਗੜ੍ਹ ਬਈ ਹੱਦੀ ਆਸਟ੍ਰੇਲੀਆ ਤੇ ਨਾਲ ਭਾਗ ਬਸੀ ਆਸਟ੍ਰੇਲੀਆ ਇਹਨਾਂ ਵੀਰਾਂ ਦੇ ਵੱਲੋਂ ਕੈਮਰੇ ਸਾਹਮਣੇ ਨਜਮਗੜ੍ਹ ਦੂਜੇ ਪਾਸੇ ਜਲਾਲ ਦੀ ਵਾਲ ਦੀ ਟੀਮ ਆ ਵੀਰੇ ਪਿੰਡ ਦੀ ਟੀਮ ਆ ਜੀ ਮੈਚ ਦੇ ਵਿੱਚੋਂ ਜੇ ਟੀਮ ਜਿੱਤੂ ਰਹਿੰਦੀ ਹੈ ਜਲਾਲ ਦੀ ਵਾਲ ਪਿੰਡ ਦੀ ਹੈ ਵੱਡੇ ਮਾਨ ਸਨਮਾਨ ਉਹ ਜਿਹੜੇ ਸ਼ਾਸਤਰੀ ਨਹੀਂ ਆਇਆ ਵੀਰੇ ਰੁਪਈਆ 2100 ਰੁਪਏ ਦਿੱਤਾ ਜਾਵੇਗਾ ਹਾਨੀ ਆਸਟ੍ਰੇਲੀਆ ਸਾਡੇ ਭਰਾ ਦੇ ਵੱਲੋਂ ਅੱਜ ਜੋਧਪੁਰੀਏ ਕੋਚ ਦਾ ਸਨਮਾਨ ਸਾਈਕਲ ਨਾਲ ਕੀਤਾ ਜਾਵੇਗਾ ਨਾਲ ਹੀ ਭਾਗ ਸਾਡਾ ਵੀਰ ਹੈ ਬੱਸੀਆਂ ਵਾਲਾ ਬੱਸਦਾ ਵਿੱਚ ਆਸਟ੍ਰੇਲੀਆ ਦੇ ਰਾਏਕੋਟ ਦੀ ਟੀਮ ਦੇ ਮਾਣ ਕਰਦਾ ਵੀਰ ਸਾਡਾ ਔਰ ਅੱਜ ਉਹ ਕਹਿੰਦਾ ਕੋਚ ਦਾ ਮਾਣ ਆਪਾਂ 5200 ਨਾਲ ਕਰਨਾ ਹੈ ਤੇ ਨਾਲ ਰਾਏਕੋਟ ਵਾਲੇ ਮੋਟੇ ਅਰਸ਼ ਦਾ ਸਨਮਾਨ ਅੰਕਿਤ ਨਹੀਂ ਆਇਆ ਵੀਰੇ ਨਹੀਂ ਆਇਆ ਜੀ ਕੀਤਾ ਜਾਵੇਗਾ ਹਾਲੇ ਦੇ ਪਹਿਲਾ ਰਾਊਂਡ ਆ ਟੀਮਾਂ ਨੂੰ ਰਾਏਕੋਟ ਆਈ ਆ ਵੀਰੇ ਆਈ ਆ ਜੀ ਟੀਮਾਂ ਨੂੰ ਸੱਦੇ ਦੇਣੇ ਨੇ ਮੈਂ ਬਲਜੀਤ ਬਿਲਕੁਲ ਆਈ ਆ ਰਾਏਕੋਟ ਦੀ ਟੀਮ ਵੀਰੇ ਮਾਂਚਲ ਨਹੀਂ ਆਇਆ ਵੀਰੇ ਉਹ ਟੀਮਾਂ ਦੇ ਖਿਡਾਰੀ ਪਹਿਲਵਾਨ ਖੇਡਦਾ ਕਿਉਂਕਿ ਅੱਜ ਇੱਕ ਐਕਸ ਖੇਡ ਸਕਦਾ ਇੱਥੇ ਵੀਰੇ ਪਹਿਲਵਾਨ ਖੇਡਦਾ ਨਜਮਗੜ੍ਹ ਦੇ ਕੈਮਰੇ ਸਾਹਮਣੇ ਬਈ ਦੂਜੇ ਪਾਸੇ ਨਜਮਗੜ੍ਹ ਵਾਲੇ ਮੁੰਡੇ ਆ ਵੀ ਦੇਣ ਵਾਲਾ ਦਾਤਾ ਇਹਨੇ ਕਿਸੇ ਤੋਂ ਸ਼ੇਰੂ ਵੀ ਆਇਆ ਜੱਸਾ ਵੀ ਆਇਆ ਵੀਰੇ ਦਿੱਤੀਆਂ ਦਾਤਾ ਦਾ ਸ਼ੁਕਰਾਨਾ ਸਦਾ ਕਰੀਦਾ ਮਾਂਚਲ ਨਹੀਂ ਆਇਆ ਵੀਰੇ ਤੇ ਸੁਖੀ ਲੋਪੋ ਹੋ ਬੰਦਾ ਬਾਤਾ ਨਹੀਂ ਅੱਗੇ ਆਉ ਵਿੱਚੋਂ ਵੀ ਕੀ ਬੈਠਾ ਜਿਹੜਾ ਢੋਲੀਆਂ ਦੇ ਜ਼ਹਿਰ ਤੇ ਛੱਡੀਏ ਨਾ ਦਿਲ ਮਿਲ ਜਾਂਦੀ ਆ ਤਰੱਕੀ ਜੇ ਮਿਲ ਜੇ ਤਰੱਕੀ ਤੇ ਫੇਰ ਛੱਡੀ ਦੇ ਨਹੀਂ ਪੈਰ ਛੱਡੀਏ ਨਾ ਦਿਲ ਮਿਲ ਜਾਂਦੀ ਆ ਤਰੱਕੀ ਜੇ ਮਿਲ ਜੇ ਤਰੱਕੀ ਤੇ ਫੇਰ ਆਉ ਛੱਡੀ ਦੇ ਨਹੀਂ ਪੈਰ ਮਾਨਸਾ ਦੀ ਬੁਰਜ ਭਲਾਈ ਆਊਗੀ ਵੀ ਵੀਰੇ ਅਜੇ ਤੱਕ ਪਹੁੰਚੀ ਤਾਂ ਹੈ ਨਹੀਂ ਜੀ ਖੱਬੇ ਹੱਥ ਦਾ ਬੜਾ ਚੋਟੀ ਸ਼ੇਰੂ ਅੱਜ ਰੈਕੋਰਡ ਚ ਆਵੇ ਉਹਦੇ ਚੱਲ ਪਿਆ ਮੈਚ ਨਹੀਂ ਵੀਰੇ ਜੋਬੀ ਸ਼ਾਸਤਰੀ ਨਹੀਂ ਆਉਂਦਾ ਵੀਰੇ ਬਹੁਤ ਵੱਡਾ ਧੰਨਵਾਦ ਮੈਂ ਕਰਦਾ ਸੁੱਖਾ ਰਾਜਗੜ੍ਹ ਕਬੱਡੀ ਖਿਡਾਰੀਆਂ ਵੀਰ ਸਾਡਾ ਕੈਨੇਡਾ ਤੋਂ ਵੀ ਉਚੇਚੇ ਦਰਜੇ ਆਇਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਸਾਡੇ ਦਾ ਸੁੱਖਾ ਰਾਜਗੜ੍ਹ ਕਬੱਡੀ ਦੇ ਕਹਿੰਦੇ ਚੋਟੀ ਦੇ ਮੱਲਾਂ ਦੇ ਵਿੱਚ ਨਾਮ ਬੋਲਦਾ ਕੈਨੇਡਾ ਵਾਲੇ ਯਾਰ ਦਾ ਉਹ ਵੀ ਉਚੇਚੇ ਦਰ ਤੇ ਆਇਆ ਹੋਇਆ ਹੈ
ਗੁਰਮੀਤ ਵਿਰਾਟ ਜੀ ਅੰਕਲ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਰੀਡਰ ਸਾਹਿਬ ਵੀ ਲਾਈਵ ਨੇ ਵੈਲਕਮ ਜੀ ਪ੍ਰਦੀਪ ਸੀਬੀਆ ਵੈਲਕਮ ਵੀਰੇ ਰਾਜੀਵ ਪਿੱਪਲ ਕੈਨੇਡਾ ਵੈਲਕਮ ਵੀਰੇ ਸਾਰੇ ਭਰਾਵਾਂ ਦਾ ਸਵਾਗਤ ਆ ਜੀ ਥੋੜਾ ਜਿਹਾ ਹਨੇਰਾ ਪੈਂਦਾ ਕਿਉਂਕਿ ਸਾਹਮਣੇ ਉਹ ਸੂਰਜ ਆ ਬਈ ਪਹਿਲਵਾਨ ਆਇਆ ਹੋਇਆ ਹੋ ਜਾਣਾ ਸੈੱਟ ਹੋ ਜਾਣਾ ਲਾਈਵ ਅੱਧੇ ਘੰਟੇ ਨੂੰ ਵੀਰੇ ਕੱਟੀ ਜਾਊਗੀ ਜ਼ਰੂਰ ਲੈ ਵੀ ਮਿਲ आम मुंडा तंग करूगा स्टेटस ने लगातार महीना लाई रखना सवाल दे फेरा एक अद्धी बार जे कुत्ता दे लावे ना ते पता लगे लोगों नूं वी अनिल आया होया है सेंटर दे विच पहलवान आ बहादुरगढ़िया आओ कहिंदे ढाबे रायपुर नहीं आई वीरे अजे तक तां जी रवि आया वीरे गंगोरा जा जी इह वी कहिंदे चोपर दी खेड बन गई है गंगोरा जा वीरे अंकित नहीं आया रजक जुगानी जी सुख किन्ने पॉइंट रायपुर अजे तक नहीं पहुंची रायपुर अजे तक नहीं पहुंची जी आई दसांगे बई वर्मा नथोवाल जी जिमर बॉय मैं बेनती करदा ग्राउंड नंबर 3 जाके मैच करा देन वर्मा नथोवाल जी चक भाई की टीम जी खेड रही है अर्श वर्गे बहुत वधिया खिलाड़ी ने लाडी आया हुआ ते नाल साडे कालसा वाले खालसा जी खेड रहे ने बहुत चोटी का मैच है ग्राउंड नंबर 2 दे विच और इधरले पासे मैं तक रहा भी 9 पानी वाला आया नथू वाली प्रधान आया बिल्कुल आया वीरे कुलवीर भाई करना खेड़दा है पानी वाला एक वीर है भाई कादा मुंडे दा बड़ी है चोटी दी खेड़ दा मालिक है ग्राउंड नंबर 2 दे विच भी है आओ कुंडियां दे कंधे सिंह फसे हुए ने तीन नंबर ग्राउंड ते भी वर्मा जी आ गए ने टास्क पानी वाला एक वीर आया वीरे तीन नंबर ग्राउंड नथू वाली प्रधान है जी ਪ੍ਰਿੰਸ ਧਾਲੀਵਾਲ ਕੈਨੇਡਾ ਬਹੁਤ ਬਹੁਤ ਸਵਾਗਤ ਆ ਵੀਰੇ ਲਵਾਉਣੇ ਹਾਜ਼ਰੀ ਪ੍ਰਿੰਸ ਵੇਟ ਕਰਿਓ ਵੀਰੇ ਨਾਲ ਹੀ ਵੀਰੇ ਅਗਲਾ ਮੈਚ ਆ 1 ਨੰਬਰ ਗਰਾਊਂਡ ਤੇ ਜੋਬਨ ਜਲਾਲਦੀਵਾਲ ਤੇ ਮਮੀ ਕਾਲਸਾ ਜੀ ਜੋਬਨ ਲਵਾਉਣੇ ਹਾਜ਼ਰੀ ਪ੍ਰਿੰਸ ਵੀਰੇ ਵੇਟ ਕਰਿਓ ਜੀ ਮਮੀ ਕਾਲਸਾ ਵੀਰੇ ਗਰਾਊਂਡ ਨੰਬਰ 1 ਦੇ ਵਿੱਚ ਆ ਰਹੇ ਮੁੰਡੇ ਪ੍ਰਿੰਸ ਧਾਲੀਵਾਲ ਕੈਨੇਡਾ ਭਰਾ ਇਸੇ ਪਿੰਡ ਤੋਂ ਲਾਈਵ ਹੈ ਬਹੁਤ ਬਹੁਤ ਸਵਾਗਤ ਆ ਜੀ ਓਕੇ ਓਕੇ ਪ੍ਰਿੰਸ ਵੀਰੇ ਦਲਸਾ ਰੱਖੀ ਮੜਾ ਫੋਨ ਦਾ ਧਿਆਨ ਜਗਾ ਬਾਈ ਪ੍ਰਿੰਸ ਧਾਲੀ ਵਾਲੇ ਇਸੇ ਪਿੰਡ ਤੋਂ ਕੈਨੇਡਾ ਤੋਂ ਲਾਈਵ ਹੈ ਹਾਂ ਮੜੀ ਲਵਾ ਦੀ ਬਾਈ ਦੀ ਹਾਲ ਜੀ ਓਕੇ ਓਕੇ ਧਿਆਨ ਰੱਖੀ ਫੋਨ ਦਾ ਮੜਾ ਜਾ ਹੋਰ ਨਵਾਬ ਕਿਵੇਂ ਕਹਦਾ ਨਾਲ ਦੀ ਅੰਦਰ ਵੀਰ ਸਾਡਾ ਪ੍ਰਿੰਸ ਧਾਲੀਵਾਲ ਕੈਨੇਡਾ ਇਸੇ ਪਿੰਡ ਤੋਂ ਵੀਰ ਸਾਡਾ ਉਹਦੀ ਲਾਈਵ ਤੇ ਜੁੜਿਆ ਹੋਇਆ ਹੈ ਉਹ ਵੀਰ ਦਾ ਵੀ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਜੀ ਵੀਰੇ ਜੋਬਨ ਕਿਰਪਾਲੇਵਾਲ ਤੇ ਠੁੱਲੀਵਾਲ ਦੀਆਂ ਟੀਮਾਂ ਆ ਜਾਓ ਗਰਾਊਂਡ ਨੰਬਰ 1 ਦੇ ਨੇੜੇ ਜੋਬਨ ਕਿਰਪਾਲੇਵਾਲ ਤੇ ਠੁੱਲੀਵਾਲ ਦੀਆਂ ਟੀਮਾਂ ਇਹ ਜਿਹੜੀਆਂ ਜਲਦੀ ਆ ਜਾਣ ਜੀ ਗਰਾਊਂਡ ਨੰਬਰ 1 ਦੇ ਨੇੜੇ ਇਹ ਬੇਨਤੀ ਹੈ ਮੇਰੀ ਜਲਦੀ ਦੇ ਨਾਲ ਮੁੰਡੇ ਗਰਾਊਂਡ ਨੰਬਰ 1 ਦੇ ਵਿੱਚ ਆ ਜਾਣ ਜੋਬਨ ਕਿਰਪਾਲੇਵਾਲ ਤੇ ਠੁੱਲੀਵਾਲ ਵੀਰੇ ਜਿਹੜੇ ਵੀ ਵਿਚਾਲੇ ਖੜੇ ਇਹ ਮੈਚ ਆ ਜੀ ਨਜਮਗੜ ਨਾਲ ਪਹਿਲਵਾਨ ਬਹਾਦਰਗੜ ਵਰਸਜ ਮੇਰੀ ਬੇਨਤੀ ਆ ਜਲਾਲਦੀਵਾਲ ਬਈ मेहमान बन के आयो चलिया कदम सा
ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਵੀਰ ਨੇ ਬੋਲ ਜਾਣਾ ਉਹ ਕਹਿੰਦੇ ਹੈਗੀ ਆ ਇਹਨੂੰ ਤਾਂ ਵੀ ਚੱਲੇ ਜਿਹੜੇ ਵਿਚਾਰੇ ਬੈਠੇ ਆ ਖੜੇ ਆ ਕਿਰਪਾ ਕਰਕੇ ਜਾਣ ਤੋਂ ਬਾਹਰ ਆ ਵੀ ਮੰਗ ਪੱਤੇ ਦੀ ਲੱਗ ਗਈ ਦੇਖੋ ਮੇਰਾ ਵੀਰ ਬਣ ਕੇ ਰਹਿਣ ਦੇ ਗਾਹਾਂ ਲਈ ਵੀ ਉਹ ਫਿਰ ਉਹੀ ਹੋ ਗਈ ਤਾਂ ਜੇ ਗਾਹਾਂ ਲਈ ਵੀ ਲੱਗਦੀ ਆ ਵੀ ਦੁਬਾਰੇ ਵੰਡਣਾ ਕਮੈਂਟ ਯਾਰ ਬੋਲ ਰੋ ਕੇ ਆਉਟ ਟੀਮਾਂ ਦੀ ਫੇਰੋ ਰਾਈ ਕੀ ਚੱਕਰ ਮੈਂ ਲੱਗਿਆ ਤੇ ਟਿੱਲਾ ਜਲਾਲ ਦੀ ਆ ਜੀ ਇਹ ਟੀਮਾਂ ਗਰਾਊਂਡ ਨੰਬਰ 2 ਦੇ ਵਿੱਚ ਆਉਣਗੀਆਂ ਫੇਰੋ ਰਾਈ ਤੇ ਟਿੱਲਾ ਜਲਾਲ ਦੀ ਵਾਲ ਇਹ ਟੀਮਾਂ 2 ਨੰਬਰ ਗਰਾਊਂਡ ਦੇ ਵਿੱਚ ਆ ਜਾਓ ਜੀ ਤੋਂ ਬਾਅਦ ਫੇਰੋ ਰਾਈ ਤੇ ਟਿੱਲਾ ਜਲਾਲ ਦੀ ਵਾਲ ਜੱਸਾ ਰਾਏ ਸਰ ਆਇਆ ਵੀਰੇ ਬਿਲਕੁਲ ਆਇਆ ਜੀ ਹਰਮਨ ਬਾਈ ਮੜਾ ਦਿਲਸ਼ਾਦ ਨੂੰ ਫੋਨ ਲਾ ਲਓ ਬਾਈ ਫੋਨ ਨਹੀਂ ਚੱਕਿਆ ਦਿਲਸ਼ਾਦ ਨੇ ਮੈਂ ਫੋਨ ਲਾਈ ਜਾਣਾ ਦੂਰ ਸਟੇਜ ਤੇ ਬੈਠਾ ਦਿਲਸ਼ਾਦ ਬਾਈ ਫੋਨ ਲਾਈ ਜਾਣਾ ਮੈਂ ਹੁਣ ਵੀ ਲਾਇਆ ਸੀ ਫੋਨ ਉਹ ਸਟੇਜ ਆ ਦੇ ਲਓ ਦਿਲਸ਼ਾਦ ਉਹ ਬੈਠਾ ਸਾਹਮਣੇ ਬਾਈ ਆ ਦਿਲਸ਼ਾਦ ਹੀ ਬੈਠਾ ਇੱਥੇ ਤੱਕ ਨਾ ਮੇਰੀ ਆਵਾਜ਼ ਆਣੀ ਹੈ ਬਾਈ ਤੁਸੀਂ ਫੋਨ ਲਾ ਲਓ ਦਿਲਸ਼ਾਦ ਨੂੰ ਜੀ ਮੇਰਾ ਫੋਨ ਨਹੀਂ ਚੱਕਿਆ ਦਿਲਸ਼ਾਦ ਨੇ ਨਵਾਬ ਦੱਸਦੇ ਹਾਂ ਕੀ ਚ ਖੇਡੂ ਵੀਰੇ ਵੇਟ ਕਰੋ ਜੀ ਨਵਾਬ ਆਇਆ ਬਿਲਕੁਲ ਨਾਲ ਹੀ ਆ ਮੈਂ ਤੋਂ ਬਾਅਦ ਲਾਈਵ ਕਰਾਂਗੇ ਕੱਟ ਕੇ ਵੀਰੇ ਥੋੜੇ ਜਿਹੇ ਕਮੈਂਟ ਰੁਕਦੇ ਅੱਜ ਫੇਰ ਪ੍ਰੋਬਲਮ ਆ ਕੱਟ ਕੇ ਚਲਾਵਾਂ ਗੋਬਿੰਦ ਕਰਪਾਲੇਵਾਲ ਦੇ ਠੁੰਡੀਆਲ ਦੀਆਂ ਟੀਮਾਂ ਜਲਦੀ ਆ ਜਾਓ ਗਰਾਊਂਡ ਨੰਬਰ 1 ਦੇ ਨੇੜੇ ਸਰ ਸਾਈਡਾਂ ਚੇਂਜ ਹੋ ਗਈਆਂ ਨੇ ਸੱਤਾ ਆਇਆ ਬਿਲਕੁਲ ਵੀਰੇ ਸੱਤੇ ਦਾ ਕੱਚਾ ਪੱਕਾ ਹੀ ਆ ਜੇ ਰਾਹ ਦੀ ਵੀਰੇ ਜੇ ਆਇਆ ਤਾਂ ਠੁੱਲੀਆਲ ਜਾਊਗਾ ਸੱਤਾ ਬਈ ਦੇ ਵਿੱਚ ਫੇਰੂ ਰਾਈ ਆ ਤੇ ਟਿੱਲਾ ਜਲਾਲ ਦੀ ਵਾਲ ਇਹ ਟੀਮਾਂ 2 ਨੰਬਰ ਗਰਾਊਂਡ ਦੇ ਵਿੱਚ ਆਉਂਦੀ ਸੱਤੇ ਦੀ ਅਜੇ ਪੱਕੀ ਅਪਡੇਟ ਹੈ ਨਹੀਂ ਵੀਰੇ ਮੈਚ ਖੇਡੇ ਜਾਣਗੇ ਇਧਰ ਵੀ ਨੰਬਰ ਇੱਕ ਵਾਰੀ ਜ਼ਰੂਰ ਦੱਸੀ ਸੋਕੇ ਕਿੰਨੇ ਕਿੰਨੇ ਹੋ ਗਏ ਵੀਰੇ ਪੁਆਇੰਟ 1 ਨੰਬਰ ਗਰਾਊਂਡ ਦੇ ਪੁਆਇੰਟ ਜਿਹੜੇ ਆਪਾਂ ਸਾਂਝੇ ਕਰ ਦਈਏ ਜੀ ਚੈਣੇਵਾਲ ਨਹੀਂ ਆਈ ਵੀਰੇ ਚੈਣੇਵਾਲ ਨਹੀਂ ਆਈ ਜੀ ਜੱਸਾ ਆਇਆ ਵੀਰੇ ਜੱਸੇ ਨਾਲ ਜੌਂਟੀ ਅੱਜ ਤਿੰਨ ਨੰਬਰ ਗਰਾਊਂਡ ਤੇ ਟੀਮਾਂ ਉਹਦੀ ਰਾਏਕੋਟ ਤੇ ਮੂਮ ਜੀ ਰਾਏਕੋਟ ਤੇ ਮੂਮ ਦੀਆਂ ਟੀਮਾਂ ਵੀਰੇ ਗਰਾਊਂਡ ਨੰਬਰ 3 ਚ ਆ ਜਾਣ ਰਾਏਕੋਟ ਤੇ ਮੂਮ ਦੀ ਟੀਮ ਦਾ ਮੈਚ ਇਸ ਤੋਂ ਬਾਅਦ 3 ਨੰਬਰ ਗਰਾਊਂਡ ਤੇ ਖੇਡਿਆ ਜਾਵੇਗਾ ਰਾਏਕੋਟ ਤੇ ਮੂਮ ਵਾਲੇ ਬੰਦੇ ਜਿਹੜੇ ਜਲਦੀ ਦੇ ਨਾਲ ਗਰਾਊਂਡ ਨੰਬਰ 3 ਚ ਪਹੁੰਚਣਗੇ ਜੀ ਚੁੱਪੀ ਸ਼ਾਸਤਰੀ ਨਹੀਂ ਹੈ ਵੀਰੇ 3 ਨੰਬਰ ਗਰਾਊਂਡ ਫੇਰੂ ਰਾਈ ਤੇ ਟਿੱਲਾ ਜਲਾਲ ਦੀ ਵਾਲੇ ਟੀਮਾਂ ਗਰਾਊਂਡ ਨੰਬਰ 2 ਚ ਆਉਣਗੀਆਂ 1 ਨੰਬਰ ਗਰਾਊਂਡ ਦੇ ਵਿੱਚ ਆਉਦੀ ਗੋਬਿੰਦ ਕਿਰਪਾਲੇ ਆ ਤੇ ਠੁੱਲੀ ਆਉਂਦੀਆਂ ਟੀਮਾਂ ਇੱਧਰ ਚੱਲਦੇ ਹੋਏ ਮੈਚ ਦੇ ਵਿੱਚੋਂ ਮਾਂਚਲ ਨਹੀਂ ਹੈ ਵੀਰੇ ਨਜ਼ਮਗੜ ਟੀਮ ਜਿੱਤ ਗਿਆ ਜੀ ਨਾਲ ਹੀ ਲਾਈਵ ਕੱਟ ਕੇ ਚਲਾਉਣਾ ਥੋੜੀ ਜੀ ਪ੍ਰੋਬਲਮ ਆ ਵੀਰੇ ਲੱਗਣਗੇ 5 ਮਿੰਟ ਸੈਟਿੰਗ ਕਰਨੀ ਆ ਥੋੜੀ ਜੀ ਬਾਹਰ ਲਾਈਵ ਕੱਟ ਕੇ ਚਲਾਉਣਾ ਦੇਖਦੇ ਆ ਜੇ ਸੈਟਿੰਗ ਆਈ ਤਾਂ ਲਾਈਵ ਦੀ ਕੱਟ ਕੇ ਕਰਦੇ ਆ ਲਾਈਵ ਵੀਰੇ 5 ਮਿੰਟ ਲੱਗਣਗੇ ਲਾਈਵ ਚਲਾਉਣ ਨੂੰ ਜੀ ਇਹ ਜੋ ਨਜ਼ਮਗੜ ਦੀ ਟੀਮ ਜਿੱਤ ਗਈ ਪਹਿਲਵਾਨ ਬਹਾਦਰਗੜ੍ਹ ਦੀ